ਕੈਪਟਨ ਸਾਹਿਬ 3 ਦਿਨ ਲਈ ਗਏ ਸੀ ਅਤੇ ਉਹ ਤਾਂ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਜਿਹੜੀ ਇੱਕ ਸੀਟ ਆਉਣੀ ਸੀ ਕਾਂਗਰਸ ਨੂੰ ਕੈਪਟਨ ਸਾਹਿਬ 1 ਦਿਨ 'ਚ ਜਾ ਕੇ ਉਹ ਵੀ ਹਰਾਇਆ ਜਿਹੜੇ ਨੇ ਉਹ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਅਤੇ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਸਾਫ਼ ਸੁਥਰੀ ਹੈ ਸਾਡੇ ਹਿੱਤ ਜਿਹੜੇ ਨੇ ਛੋਟੇ ਨੇ ਪੰਜਾਬ ਦੇ ਹਿੱਤ ਵੱਡੇ ਨੇ ਸੋ ਪੰਜਾਬ ਵਾਸਤੇ ਜੇ ਕੋਈ ਨਿਰਸਵਾਰਥ ਆਉਣਾ ਚਾਹੁੰਦਾ ਕੰਮ ਕਰਨਾ ਚਾਹੁੰਦਾ ਉਹਨਾਂ ਦੀ ਅਲੱਗ ਪਾਰਟੀ ਹੈ ਜੀ ਉਹਨਾਂ ਨੇ ਪਾਰਟੀ ਬਣਾ ਕੇ ਆਪ ਇੱਕ ਹੋਰ ਚੋਣ ਨਿਸ਼ਾਨ 'ਤੇ ਲੜੇ ਵੀ ਨੇ ਸੋ ਵਧਾਈਆਂ ਤਾਂ ਬੀਜੇਪੀ ਵਾਲਿਆਂ ਨੇ ਵੀ ਦਿੱਤੀਆਂ ਨੇ ਵਧਾਈਆਂ ਕਾਂਗਰਸ ਵਾਲਿਆਂ ਨੇ ਵੀ ਦਿੱਤੀਆਂ ਸੋ ਉਹਨਾਂ ਦੀ ਵੀ ਵਧਾਈਆਂ ਸੈਕਟਰ ਆ ਜਾਣਗੇ ਆਉਣੇ ਚਾਹੀਦੇ ਨੇ ਸਾਡੇ ਆ ਜਾਓ ਪਰ ਜਿਹੜੀ ਲਾਈਨ ਉਹਨਾਂ ਨੇ ਤੋੜੀ ਹੈ ਅਤੇ ਹੁਣ ਉਹ ਜੇ ਆਉਣਗੇ ਤਾਂ ਸਭ ਤੋਂ ਪਿਛਲੇ ਪਾਸੇ ਲੱਗਣਾ ਪਊਗਾ ਹੁਣ ਐਂ ਨਹੀਂ ਹੈਗਾ ਕਿ ਉਹ MLA ਆ ਕੇ ਅਤੇ ਸ਼ਰਤਾਂ ਰੱਖਣ ਮੈਂ ਇਹੀ ਗੱਲ ਫਿਰ ਲੋਕਾਂ ਨੇ ਤਾਂ ਗੱਲਾਂ ਬਣਾਈਆਂ ਹੋਈਆਂ ਕਹਿੰਦੇ ਹੁਣ ਤਾਂ ਪੈਟਰੋਲ ਪੰਪਾਂ 'ਤੇ ਭਾਰਤ ਦੇ ਪੈਟਰੋਲ ਪੰਪਾਂ 'ਤੇ ਲਿਖਿਆ ਜਾਇਆ ਕਰੂਗਾ ਕਿਰਪਿਆ ਤੇਲ ਡਲਵਾਉਣੇ ਸੇ ਪਹਿਲੇ ਕਾਂਗਰਸ ਜ਼ਰੂਰ ਚੈੱਕ ਕਰ ਜ਼ੀਰੋ ਪਹਿਲੀ ਵਾਰ ਮੈਂ ਹੁਣ ਦਿੱਲੀ ਦੀ ਜਿੱਤ ਤੋਂ ਬਾਅਦ ਇੱਥੇ ਸੰਗਰੂਰ ਦਫ਼ਤਰ 'ਚ ਆਇਆ ਅਤੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜੀ ਜਿੱਤ ਹੈ ਇਹ ਲੋਕਾਂ ਦੀ ਜਿੱਤ ਹੈ ਇਹ ਸੈਕੂਲਰਿਜ਼ਮ ਦੀ ਜਿੱਤ ਹੈ ਇਹ ਸਕੂਲਾਂ ਦੀ ਜਿੱਤ ਹੈ ਇਹ ਮੁਹੱਲਾ ਕਲੀਨਿਕਾਂ ਦੀ ਜਿੱਤ ਹੈ ਇਹ ਬਿਜਲੀ ਪਾਣੀ ਦੀਆਂ ਸੁਵਿਧਾਵਾਂ ਦੀ ਜਿੱਤ ਹੈ ਅਤੇ ਧਰਮ ਅਤੇ ਜਾਤੀ ਦੇ ਨਾਂ 'ਤੇ ਫਿਰਕਾ ਪ੍ਰਸਤੀ ਅਤੇ ਨਫ਼ਰਤ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਹਾਰ ਹੈ ਸੋ ਕਿਉਂਕਿ ਬਹੁਤ ਸਾਰੇ ਪੰਜਾਬ ਤੋਂ ਲੋਕ ਗਏ ਹੋਏ ਸੀਗੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਵੇਂ ਉਹ ਉੱਥੇ ਗਏ ਸੀ ਕਈਆਂ ਨੇ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਕਿਸੇ ਨੇ ਸਹਿਯੋਗ ਕੀਤਾ ਜਿਸ ਕਿਸਮ ਦਾ ਵੀ ਉਹ ਸਹਿਯੋਗ ਕਰ ਪਾ ਰਹੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਅਤੇ ਕੱਲ੍ਹ ਨੂੰ ਸਹੁੰ ਚੁੱਕ ਸਮਾਗਮ ਹੈ ਅੱਜ ਸ਼ਾਮ ਨੂੰ ਮੈਂ ਦਿੱਲੀ ਚਲਾ ਜਾਊਂਗਾ ਅਤੇ ਕੱਲ੍ਹ ਨੂੰ ਸਹੁੰ ਚੁੱਕ ਸਮਾਗਮ ਹੈ ਅਤੇ ਕੱਲ੍ਹ ਤੋਂ ਇਹ ਕੰਮ ਸ਼ੁਰੂ ਹੋ ਜਾਣਗੇ ਦੁਬਾਰਾ ਫਿਰ ਜੇ ਕੰਮਾਂ ਦੇ ਸਿਰ 'ਤੇ ਜਿਤਾਇਆ ਤਾਂ ਫਿਰ ਕੰਮ ਨੂੰ ਕਰਨ ਵਾਸਤੇ ਦੇਰੀ ਨਹੀਂ ਹੋਣੀ ਚਾਹੀਦੀ ਕੱਲ੍ਹ ਸ਼ਾਮ ਨੂੰ ਕੰਮ ਸ਼ੁਰੂ ਹੋ ਜਾਣਗੇ ਦਿੱਲੀ ਦੇ ਵਿੱਚ ਦੇਖੋ ਪੰਜਾਬ 'ਤੇ ਬਹੁਤ ਵੱਡਾ ਅਸਰ ਪਊਗਾ ਕਿਉਂਕਿ ਲੋਕਾਂ 'ਤੇ ਯਕੀਨ ਬਣਿਆ ਹੈ ਲੋਕਾਂ ਦਾ ਜਿਸ ਕਿਸਮ ਦੇ ਮੈਨੂੰ ਫੋਨ ਆ ਰਹੇ ਨੇ ਕਿ ਇਸ ਗੱਲ ਦਾ ਯਕੀਨ ਬਣਿਆ ਕਿ ਪਾਰਟੀ ਨੂੰ ਸਰਕਾਰ ਬਣਾਉਣੀ ਵੀ ਆਉਂਦੀ ਹੈ ਤੀਜੀ ਵਾਰ ਸਰਕਾਰ ਬਣੀ ਹੈ ਦਿੱਲੀ 'ਚ ਸਰਕਾਰ ਚਲਾਉਣੀ ਵੀ ਆਉਂਦੀ ਹੈ ਲੋਕਾਂ ਦਾ ਪੈਸਾ ਲੋਕਾਂ 'ਤੇ ਲਾਉਣਾ ਵੀ ਆਉਂਦਾ ਸੋ ਲੋਕ ਪੰਜਾਬ ਦੇ ਲੋਕ ਦੋਨੇ ਰਵਾਇਤੀ ਪਾਰਟੀਆਂ ਤੋਂ ਦੁਖੀ ਨੇ ਅਤੇ ਕਾਂਗਰਸ ਦੀ ਭਾਰੀ ਹਾਰ ਜਿਹੜੀ ਹੈ ਮਤਲਬ ਉਹ ਵੀ ਇਸ ਗੱਲ 'ਤੇ ਅਸਰ ਪਾਊਗੀ ਕਿ ਕੈਪਟਨ ਸਾਹਿਬ 3 ਦਿਨ ਲਈ ਗਏ ਸੀ ਅਤੇ ਉਹ ਤਾਂ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਜਿਹੜੀ ਇੱਕ ਸੀਟ ਆਉਣੀ ਸੀ ਕਾਂਗਰਸ ਨੂੰ ਕੈਪਟਨ ਸਾਹਿਬ 1 ਦਿਨ 'ਚ ਜਾ ਕੇ ਉਹ ਵੀ ਹਰਾਇਆ ਸੋ ਜ਼ੀਰੋ ਰਹਿ ਗਏ ਕਹਿੰਦੇ ਦੇਖੋ ਜਿਹੜੇ ਪੰਜਾਬ ਦੇ ਹਿੱਤ 'ਚ ਨੇ ਜਿਹੜੇ ਸਵਾਰਥੀ ਪਹਿਲਾਂ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪ ਹੀ ਜ਼ਿਆਦਾ ਬੋਲ ਕੇ ਜਿਨ੍ਹਾਂ ਨੇ ਆਪ ਹੀ ਦਰਵਾਜ਼ੇ ਬੰਦ ਕਰ ਰੱਖੇ ਉਹਨਾਂ ਦਾ ਤਾਂ ਰੱਬ ਹੀ ਰੱਖ ਹੈ ਬਾਕੀ ਮੈਂ ਅਸੀਂ ਤਾਂ ਕਹਾਂਗੇ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋਣਾ ਚਾਹੀਦਾ ਸਾਡੇ ਹਿੱਤ ਜਿਹੜੇ ਨੇ ਉਹ ਛੋਟੇ ਨੇ ਪੰਜਾਬ ਦੇ ਹਿੱਤ ਵੱਡੇ ਨੇ ਸੋ ਪੰਜਾਬ ਵਾਸਤੇ ਜੇ ਕੋਈ ਨਿਰਸਵਾਰਥ ਹੋਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹਾਂ ਫਿਰ ਸ਼ਰਤਾਂ ਰੱਖ ਕੇ ਤਾਂ ਕਿਵੇਂ ਫਿਰ ਤਾਂ ਇਹਦਾ ਮਤਲਬ ਕੋਈ ਨਾ ਕੋਈ ਸਵਾਰਥ ਹੈ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਮੈਨੂੰ ਆਹ ਦਿਓ ਆਹ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਨਹੀਂ ਪੰਜਾਬ ਵਾਸਤੇ ਸਾਡੀ ਵੀ ਕੋਈ ਖਾਸ ਸ਼ਰਤ ਨਹੀਂ ਹੈਗੀ ਸਾਡੀ ਵੀ ਸ਼ਰਤ ਇੱਕੋ ਹੀ ਹੈ ਕਿ ਪੰਜਾਬ ਵਾਸਤੇ ਵਫ਼ਾਦਾਰ ਹੋਣਾ ਚਾਹੀਦਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਅਤੇ ਪੰਜਾਬ ਵਾਸਤੇ ਕਿਸੇ ਵੀ ਮੋਰਚੇ 'ਤੇ ਡਿਊਟੀ ਲੱਗੀ ਡਿਊਟੀ ਨਿਭਾਉਣ ਵਾਲਾ ਚਾਹੀਦਾ ਵਧਾਈਆਂ ਤਾਂ ਅਸੈਪਟ ਵੀ ਕਰ ਲਈਆਂ ਵਧਾਈਆਂ ਤਾਂ ਸਾਰੀ ਦੁਨੀਆਂ 'ਚ ਦੇਈ ਜਾਂਦੀਆਂ ਸੋ ਉਹਨਾਂ ਦੀਆਂ ਵੀ ਅਸੈਪਟ ਨਹੀਂ ਉਹਨਾਂ ਦੀ ਅਲੱਗ ਪਾਰਟੀ ਹੈ ਜੀ ਉਹਨਾਂ ਨੇ ਪਾਰਟੀ ਬਣਾ ਕੇ ਆਪ ਇੱਕ ਹੋਰ ਚੋਣ ਨਿਸ਼ਾਨ 'ਤੇ ਲੜੇ ਵੀ ਨੇ ਸੋ ਵਧਾਈਆਂ ਤਾਂ ਬੀਜੇਪੀ ਵਾਲਿਆਂ ਨੇ ਵੀ ਦਿੱਤੀਆਂ ਨੇ ਵਧਾਈਆਂ ਕਾਂਗਰਸ ਵਾਲਿਆਂ ਨੇ ਵੀ ਦਿੱਤੀਆਂ ਨੇ ਸੋ ਉਹਨਾਂ ਦੀ ਵੀ ਵਧਾਈਆਂ ਸੈਕਟਰ ਨੇ ਆ ਜਾਣਗੇ ਆਉਣੇ ਚਾਹੀਦੇ ਨੇ ਅਸੀਂ ਕੋਈ ਸਾਡੇ ਕੋਲੋਂ ਕੋਈ ਪ੍ਰੋਬਲਮ ਨਹੀਂ ਆ ਜਾਓ ਪਰ ਜਿਹੜੀ ਲਾਈਨ ਉਹਨਾਂ ਨੇ ਤੋੜੀ ਹੈ ਅਤੇ ਹੁਣ ਉਹ ਜੇ ਆਉਣਗੇ ਤਾਂ ਸਭ ਤੋਂ ਪਿਛਲੇ ਪਾਸੇ ਲੱਗਣਾ ਪਊਗਾ ਹੁਣ ਐਂ ਨਹੀਂ ਹੈਗਾ ਕਿ ਉਹ MLA ਆ ਕੇ ਅਤੇ ਸ਼ਰਤਾਂ ਰੱਖਣ ਮੈਂ ਇਹੀ ਗੱਲ ਫੇਰਨਾ ਜੀ ਜਿਹੜਾ ਵੀ ਆਊਗਾ ਜਿਹੜਾ ਪਹਿਲਾਂ ਆ ਜਾਊਗਾ ਲਾਈਨ 'ਚ ਪਹਿਲੇ ਨੰਬਰ 'ਤੇ ਹੋਊਗਾ ਜਿਹੜਾ ਮੰਗਰੂ ਆਊਗਾ ਲਾਈਨ ਮੁਤਾਬਕ ਚੱਲੂਗਾ ਚੰਗਾ ਹੋਇਆ ਕਿਉਂਕਿ ਉਹਨਾਂ ਨੇ ਉੱਥੇ ਜਾ ਕੇ ਪ੍ਰਚਾਰ ਵੀ ਨਹੀਂ ਕੀਤਾ ਹੈਗਾ
ਕਿਉਂਕਿ ਇਸ ਤਰ੍ਹਾਂ ਦੀ ਕੋਈ ਆਫਿਸ਼ੀਅਲ ਸਾਡੀ ਗੱਲ ਨਹੀਂ ਚੱਲੀ। ਬਾਕੀ ਸਿੱਧੂ ਸਾਹਿਬ ਜਿਹੜੇ ਨੇ ਉਹ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਅਤੇ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਸਾਫ਼ ਸੁਥਰੀ ਹੈ ਅਤੇ ਇਸ ਤਰ੍ਹਾਂ ਦਾ ਕੋਈ ਦਾਗ ਉਹਨਾਂ 'ਤੇ ਹੈ ਨਹੀਂ ਗਾ। ਬਾਕੀ ਸਾਡੀ ਕੋਈ ਆਫਿਸ਼ੀਅਲ ਲੈਵਲ 'ਤੇ ਹਜੇ ਗੱਲ ਕੋਈ ਉਹਨਾਂ ਨਾਲ ਸ਼ੁਰੂ ਨਹੀਂ। ਪੰਜਾਬ ਜਦੋਂ ਵੀ ਆਉਣਾ ਹੋਇਆ ਤੁਹਾਨੂੰ ਅਸੀਂ ਕਰਾਂਗੇ ਅਪਡੇਟ, ਅਤੇ ਹਜੇ ਕੋਈ ਇਸ ਤਰ੍ਹਾਂ ਦਾ ਹੈ ਨਹੀਂ। ਕੱਲ੍ਹ ਨੂੰ ਮੈਂ ਜਾ ਕੇ ਉੱਥੇ ਪੁੱਛੂੰਗਾ ਕਿ ਕਦੋਂ ਪੰਜਾਬ ਆ ਸਕਦਾ। ਬਾਦਲਾਂ ਦਾ ਸਾਰਾ ਕੁਛ ਚੇਂਜ ਹੁੰਦਾ। ਦਿਨੇ ਕੁਛ ਹੋਰ ਬੋਲਦੇ, ਰਾਤ ਨੂੰ ਕੁਛ ਹੋਰ ਬੋਲਦੇ ਨੇ, ਪਿਓ ਕੁਛ ਹੋਰ ਬੋਲਦੇ, ਪੁੱਤ ਕੁਛ ਹੋਰ ਬੋਲਦਾ, ਪਰ ਧਰਤੀ ਦਿਖਾਤੀ ਉਹਨੂੰ ਲੋਕਾਂ ਨੇ ਕਿ ਅਸੀਂ ਐਂ ਕਰਾਂਗੇ, ਐਂ ਕਰਾਂਗੇ, ਹੈਂ ਆਹ ਕਰਾਂਗੇ, ਉਹ ਨਹੀਂ ਕਰਾਂਗੇ। ਸੋ ਪਤਾ ਲੱਗ ਗਿਆ ਕਿ ਜਦੋਂ ਇੱਕ ਵੀ ਸੀਟ ਨਹੀਂ ਮਿਲੀ, ਪਹਿਲੀ ਗੱਲ ਤਾਂ BJP ਨੇ ਉਹਨਾਂ ਨੂੰ ਧਰਤੀ ਦਿਖਾਤੀ ਕਿ ਉਹ ਕੰਮ ਦੇ ਨਹੀਂ ਰਹੇ। ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਵੀ, ਮੇਰੇ 32 ਦੰਦ ਨੇ, ਗੱਲ ਸੱਚੀ ਹੋ ਜਾਂਦੀ ਹੈ ਕਿ ਅਕਾਲੀ ਦਲ 1920 'ਚ ਸ਼ੁਰੂ, 2019 'ਚ ਖਤਮ, ਅਕਾਲੀ ਦਲ ਖਤਮ। ਉੱਥੇ ਵੋਟ ਪਾਉਣ ਦੇ ਹੱਕ 'ਚ 7 ਇਹਨਾਂ ਦੇ, 3 ਇੱਧਰ ਨੇ ਰਾਜ ਸਭਾ 'ਚ ਨੇ, 2 ਇਹ ਨੇ ਹਸਬੈਂਡ ਵਾਈਫ ਇੱਧਰ ਲੋਕ ਸਭਾ 'ਚ। ਉਦੋਂ ਤਾਂ ਫਿਰ 5 ਦੀਆਂ 5 ਹੱਕ 'ਚ ਪਾਤੀਆਂ CA ਦੇ, ਇੱਥੇ ਆ ਕੇ ਕੁਛ ਹੋਰ ਕਹਿ ਦਿੰਦੇ ਨੇ। ਇਹ ਰਾਜਨੀਤੀ ਹੁਣ ਚੱਲਣੀ ਨਹੀਂ, ਇਹ ਤਾਂ ਰਾਜਨੀਤੀ ਦਿੱਲੀ ਨੇ ਦੱਸਤੀ ਕਿ ਜੋ ਦਿਲ 'ਚ ਹੈ ਉਹੀ ਜ਼ੁਬਾਨ 'ਤੇ ਹੈ, ਤਾਂ ਜਿੱਤ ਜਾਓਗੇ। ਜੇ ਦਿਲ 'ਚ ਕੁਛ ਹੋਰ ਹੈ, ਜ਼ੁਬਾਨ 'ਤੇ ਕੁਛ ਹੋਰ ਹੈ, ਫਿਰ ਲੋਕ ਨਹੀਂ ਤੁਹਾਨੂੰ ਅਸੈਪਟ। ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਦਾਗੀ ਨੇ ਪਾਰਟੀਆਂ ਦੇ ਵਿੱਚ, ਹਾਂ ਬੜਾ ਵਧੀਆ ਗੱਲ ਹੈ, ਬੜਾ ਵਧੀਆ ਫੈਸਲਾ, ਬਹੁਤ ਇਨਕਲਾਬੀ ਫੈਸਲਾ ਹੈ। ਨਾ ਸਿਰਫ ਵੇਰਵੇ ਵੀ ਬਸ ਇਹ ਵੀ ਦੱਸਿਆ ਸੀ ਵੈਬਸਾਈਟ 'ਤੇ ਕਿ ਸੋ ਜੋ ਪਾਰਲੀਮੈਂਟ ਦੇ ਵਿੱਚ ਵੀ 47% ਕ੍ਰਿਮੀਨਲ ਚਾਰਜਸ ਵਾਲੇ ਨੇ, ਦਾਗੀ ਨੇ ਕ੍ਰਿਮੀਨਲ ਹੱਤਿਆ ਦਾ, ਕਿਸੇ 'ਤੇ ਰੇਪ ਦਾ, ਕਿਸੇ 'ਤੇ 420 ਦਾ ਪਰਚਾ, ਉਹ ਰੀਪ੍ਰਜੈਂਟ ਨਾ ਕਰਨ ਕਿਸੇ ਸੂਬੇ ਨੂੰ ਜਾਂ ਸਟੇਟ ਆਪਣਾ ਦੇਸ਼ ਨੂੰ, ਵਧੀਆ ਗੱਲ ਅਸੀਂ ਤਾਂ ਇਹਦੇ ਹੱਕ 'ਚ ਮੈਨੂੰ ਸਾਨੂੰ ਤਾਂ ਲੱਗਦਾ ਕਿ ਆਮ ਲੋਕ ਜਿਹੜੇ ਸਾਫ਼ ਸੁਥਰੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਕੱਲ੍ਹ ਪੰਜਾਬ ਦੇ ਵਿੱਚ ਤੁਸੀਂ ਨਿਊਜ਼ ਵੀ ਦੇਖੀ ਹੋਈ ਸੀ, ਕਾਂਗਰਸ ਵੱਲੋਂ ਜਿਹੜੀਆਂ 24 ਘੰਟੇ ਲਈ ਸਹੂਲਤਾਂ ਮਿਲਦੀਆਂ ਸੀ, ਪਹਿਲਾਂ ਉਸ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ, ਜਦੋਂ ਮੀਡੀਆ 'ਚ ਖਬਰਾਂ ਆ ਗਈਆਂ ਫਿਰ ਨਾਲ ਦੀ ਨਾਲ ਜਿਹੜੇ ਔਡਰ ਨੇ ਵਾਪਸ ਲੈ ਲਏ ਗਏ। ਕਿਵੇਂ ਦੇਖਦੇ ਹੋ ਜਿਹੜੇ 24 ਘੰਟੇ ਦੌਰਾਨ ਜਦੋਂ ਕੋਈ ਮਰੀਜ਼ ਹੌਸਪੀਟਲ ਜਾਂਦਾ ਸੀ ਤਾਂ ਉਹਨਾਂ ਤੋਂ ਪੈਸੇ ਲੈਣ ਦੇ ਔਡਰ ਜਿਹੜੇ ਦੇ ਦਿੱਤੇ ਗਏ? ਦੇਖੋ, ਜਿਹੜੀਆਂ ਛੋਟੀਆਂ ਪਾਰਟੀਆਂ, ਸਾਡੀ ਵੀ ਪਾਰਟੀ ਸਟੇਟ ਲੈਵਲ ਦਿੱਲੀ ਅਤੇ ਪੰਜਾਬ 'ਚ ਹੈ, ਛੋਟੀਆਂ ਪਾਰਟੀਆਂ ਕਈ ਵਾਰੀ ਨੰਬਰਾਂ 'ਚ ਘੱਟ ਰਹਿ ਜਾਂਦੀਆਂ ਨੇ, ਪਰ ਉਹ ਵੱਡੀਆਂ ਪਾਰਟੀਆਂ ਦਾ ਏਜੰਡਾ ਚੇਂਜ ਕਰਾ ਦਿੰਦੀਆਂ ਨੇ। ਹੁਣ ਹਰੇਕ ਸਰਕਾਰ ਨੂੰ ਇੰਡੀਆ ਦੇ ਵਿੱਚ ਸਿਹਤ ਸਹੂਲਤਾਂ, ਸਕੂਲ, ਆਪਣਾ ਬਿਜਲੀ ਪਾਣੀ, ਉਹਦਾ ਕੰਮ ਕਰਨਾ ਪਊਗਾ, ਕਿਉਂਕਿ ਨਹੀਂ ਤਾਂ ਉਹ ਇਹ ਸੋਚਣਗੇ ਕਿ ਦਿੱਲੀ ਵਾਲਾ ਹਾਲ ਹੋ ਜਾਊ ਸਾਡਾ, ਜੇ ਅਸੀਂ ਇਕੱਲੇ ਧਰਮ ਅਤੇ ਜਾਤੀ ਨੂੰ ਅਤੇ ਲੋਕਾਂ ਨੂੰ ਪੋਲਰਾਈਜ਼ ਕਰਨ ਦੀ ਰਾਜਨੀਤੀ ਕਰਾਂਗੇ। ਸੋ ਇਹ ਇੱਕ ਗੱਲ ਬਹੁਤ ਵਧੀਆ ਹੋਈ ਹੈ ਕਿ ਇਹ ਸਾਈਨ ਗਿਆ ਕਿ ਭਾਰਤ ਦੇ ਲੋਕ ਪਹਿਲੀ ਵਾਰ ਵਿਕਾਸ ਦੇ ਕਾਰਜਾਂ ਨੂੰ ਵੋਟਾਂ ਪਾ ਰਹੇ ਨੇ, ਔਰ ਅੱਛੀ ਗੱਲ ਹੈ। ਮੈਂ ਲੋਕਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਦੇਣਾ ਚਾਹੁੰਦਾ। ਸਰ, ਅੱਜ ਦੀ ਖਬਰ ਹੈ ਵੀ ਪੰਜਾਬ ਸਰਕਾਰ ਨੇ ਦਿੱਲੀ ਦਾ ਮਾਡਲ ਅਪਣਾਇਆ, CM ਨੇ ਸਾਰੇ ਪੰਜਾਬ ਦੇ DC ਨਾਲ ਮੀਟਿੰਗ ਕਰਕੇ ਇਹਨਾਂ ਸਿੱਖਿਆ 'ਤੇ ਸਿਹਤ ਸਹੂਲਤਾਂ 'ਤੇ ਸ਼ੁਕਰ ਹੈ ਕੈਪਟਨ ਸਾਹਿਬ, ਉੱਥੋਂ ਇੱਕ ਦਿਨ 'ਚ ਸਿੱਖ ਕੇ ਆਏ ਨੇ ਕਿ ਉੱਥੇ ਤਾਂ ਭਾਈ ਕੋਈ ਹੋਰ ਗੱਲ ਸੁਣਦਾ ਹੀ ਨਹੀਂ, ਉੱਥੇ ਤਾਂ ਇਕੱਲਾ ਪਾਣੀ, ਬਿਜਲੀ, ਸਕੂਲ, ਮਹੱਲਾ ਕਲਿੰਕਨ ਗੱਲ ਕੀਤੀ ਜਾਂਦੀ ਹੈ। ਸੋ ਮਾਡਲ ਦਿੱਲੀ ਦਾ ਪੂਰਾ ਦੇਸ਼ ਬਣਾਊਗਾ ਜੀ, ਔਰ ਆਮ ਆਦਮੀ ਪਾਰਟੀ ਵੀ ਦਿੱਲੀ ਦਾ ਮਾਡਲ ਲੈ ਕੇ ਆਊਗੀ। ਦੇਖੋ, ਮੁਫ਼ਤਖੋਰੀ ਨਹੀਂ, ਕਿਵੇਂ ਕਹਿ ਦੂੰਗੇ ਅਸੀਂ ਦਿੱਲੀ 'ਤੇ ਕੋਈ ਕਰਜ਼ਾ ਲੈ ਕੇ ਥੋੜ੍ਹੀ ਮੁਫ਼ਤਖੋਰੀ, ਕੋਈ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਨੇ। ਜਿਹੜਾ ਪੁਲ 350 ਕਰੋੜ 'ਚ ਬਣਦਾ ਸੀ ਉਹ ਕੇਜਰੀਵਾਲ ਜੀ ਨੇ 200 ਕਰੋੜ 'ਚ ਬਣਾ ਕੇ, ਜਿਹੜਾ 150 ਕਰੋੜ ਬਚ ਗਿਆ ਉਹਦੀਆਂ ਦਵਾਈਆਂ ਫ੍ਰੀ ਕਰਤੀਆਂ, ਇਹ ਮੁਫ਼ਤਖੋਰੀ ਥੋੜ੍ਹੀ ਹੈ। ਅਤੇ ਲੀਕੇਜ ਬੰਦ ਕਰਤੀ, ਲੋਕ ਟੈਕਸ ਦੇਣ ਲੱਗ ਗਏ, ਉਹ ਪੈਸਾ ਲੋਕਾਂ 'ਤੇ ਲਾ ਤਾ, ਅਤੇ ਇਹਦੇ 'ਚ ਕੀ ਹੈ? ਗੁਜਰਾਤ ਦਾ ਮੁੱਖ ਮੰਤਰੀ ਉਹ 191 ਕਰੋੜ ਦਾ ਜਹਾਜ਼ ਲੈਂਦਾ ਉਹਦੇ ਵਾਸਤੇ, ਅਤੇ ਕੇਜਰੀਵਾਲ ਸਾਹਿਬ ਜਿਹੜਾ 140 ਅਤੇ 150 ਕਰੋੜ ਦੀਆਂ ਦਵਾਈਆਂ ਫ੍ਰੀ ਕਰ ਦਿੰਦੇ, ਆਹੀ ਫਰਕ ਹੈ ਬਸ। ਸੋ ਮੁਫ਼ਤਖੋਰੀ ਤਾਂ ਹੋਵੇ ਨਾ ਜੇ ਸਟੇਟ 'ਤੇ ਕਰਜ਼ਾ ਚੜ੍ਹਦਾ ਹੋਵੇ, ਤਾਂ ਕਰਕੇ ਅਸੀਂ ਲੋਕਾਂ ਨੂੰ ਕੋਈ ਇਹੋ ਜਿਹੀ ਸਹੂਲਤ ਦਿੰਦੇ ਹੋਈਏ। ਲੋਕਾਂ ਦਾ ਫਰਜ਼ ਬਣਦਾ, ਲੋਕ ਟੈਕਸ ਦਿੰਦੇ ਨੇ, ਲੋਕਾਂ ਦਾ ਪੈਸਾ ਲੋਕਾਂ ਦੇ ਨਾਮ। ਇਹਨਾਂ ਕੋਲ ਇਕੱਲੇ ਭਵਨ ਹੀ ਰਹਿ ਜਾਣੇ ਹੁਣ, ਇਹਨਾਂ ਕੋਲ ਇਕੱਲੇ ਭਵਨ ਰਹਿ ਜਾਣਗੇ, ਰੋਡ ਵੀ ਬਲੋਕ ਹੈ ਇਹਨਾਂ ਕਾਂਗਰਸ ਵਾਸਤੇ, ਲੋਕਾਂ ਦੇ ਜਦੋਂ ਰੋਡ ਬਲੋਕ ਹੈ ਤਾਂ ਬਸ ਬੈਠੇ ਰਹਿਣ ਭਵਨਾਂ 'ਚ। ਹਾਂ, ਇਹ ਵੀ ਮੈਸੇਜ ਹੈ।
कि नैशनल पार्टी कांग्रेस का दूजी बार जीरो, मतलब लोगों ने तो गल्ला बनाई हुई कहते हूँ तो पेट्रोल पंपा से भारत के पेट्रोल पंपा से लिखा जाया करूगा कृपया तेल डलवाने से पहले कांग्रेस जरूर चेक करे जीरो। T5 चैनल पंजाबी पूरे सब्सक्राइब करो, बेल आइकन पे क्लिक करो।